ਜਿੰਨੀ ਦੇ ਲੜਦੇ ਰਵਾਂਗੇ ਓਨੀ ਦੇਰ ਸਾਡੀ ਜ਼ਿੰਦਗੀ ਨਹੀਂ ਠੀਕ ਹੋਣੀ ਇੱਕ ਦਿਨ ਅਸੀਂ ਇਲਾਜ 'ਚ ਆ ਜਾਾਂਗੇ ਨਾ ਤੇ ਲੜਨਾ ਬੰਦ ਕਰ ਦੇਾਂਗੇ ਆਮ ਤੌਰ ਤੇ ਮੇਰੇ ਕੋਲ ਪੇਸ਼ੈਂਟ ਆਂਦੇ ਕਹਿੰਦੇ ਜੀ ਵਿਲ ਪਾਵਰ ਬੜੀ ਆ ਸਾਡੀ ਅਸੀਂ ਵਿਲ ਪਾਵਰ ਨਾ ਕਰ ਲਾਂਗੇ ਵਿਲ ਪਾਵਰ ਨਾ ਕਰਨ ਦਾ ਮਤਲਬ ਇਹ ਹੈ ਕਿ ਅਸੀਂ ਸੋਚ ਨਾਲ ਲੜਾਂਗੇ ਜਦੋਂ ਉਹ ਸੋਚ ਆਣ ਲੱਗੇਗੀ ਅਸੀਂ ਉਹ ਸੋਚ ਦੇ ਨਾਲ ਲੜਪਾਂਗੇ ਸੋਚ ਖਤਮ ਹੋ ਜਾਏਗੀ ਮੇਰੇ ਪੇਸ਼ੈਂਟ ਜਿਹੜੇ ਆਂਦੇ ਨਾ ਇਹ ਤੇ ਹੋ ਗਿਆ ਨਾ ਜਿਹੜੇ ਐਡਿਕਸ਼ਨ ਦੇ ਨਾਲ ਆਬਸੈਸ਼ਨ ਹੈ ਮੇਰੇ ਪੇਸ਼ੈਂਟ ਓਸੀਡੀ ਦੇ ਵੀ ਆਉਂਦੇ ਆ ਐ ਐਂਗਜ਼ਾਇਟੀ ਦੇ ਵੀ ਆਉਂਦੇ ਆ ਡਿਪਰੈਸ਼ਨ ਦੇ ਵੀ ਆਉਂਦੇ ਆ ਉਹਨਾਂ ਦੇ ਅੰਦਰ ਕਈ ਤਰ੍ਹਾਂ ਦੀਆਂ 네ਗੇਟਿਵ ਸੋਚਾਂ ਆਂਦੀਆਂ ਰਹਿੰਦੀਆਂ ਹੁਣ ਉਹ ਜਦੋਂ ਸੋਚਾਂ ਦੀ ਲੜੀ ਤੁਰਦੀ ਹੈ ਨਾ ਤਾਂ ਉਹ ਸਾਰੇ ਮੈਂ ਦੇਖਦਾ ਪੇਸ਼ੈਂਟ ਲੜਦੇ ਰਹਿੰਦੇ ਉਹਨਾਂ ਸੋਚਾਂ ਦੇ ਨਾਲ ਕਿ ਮੈਂ 네ਗੇਟਿਵ ਸੋਚ ਨਹੀਂ ਆਂਦੇ ਨਹੀਂ ਮੈਂ ਡਿਪਰੈਸ਼ਨ ਦੀ ਸੋਚ ਨਹੀਂ ਆਂਦੇ ਨਹੀਂ ਮੈਂ ਘਬਰਾਹਟ ਦੀ ਸੋਚ ਨਹੀਂ ਆਂਦੇ ਨਹੀਂ ਮੈਂ ਐਂਗਜ਼ਾਇਟੀ ਦੀ ਸੋਚ ਨਹੀਂ ਆਂਦੇ ਨਹੀਂ ਮੈਂ ਬਚਾਈਨੀ ਵਾਲੀ ਕੋਈ ਸੋਚ ਨਹੀਂ ਸੋਚਣੀ ਮੈਂ ਕੋਈ ਗੰਦੀ ਸੋਚ ਨਹੀਂ ਸੋਚਣੀ ਮੇਰੇ ਓਸੀਡੀ ਵਾਲੇ ਪੇਸ਼ੈਂਟ ਤੇ ਇਹ ਕਹਿੰਦੇ ਮੈਂ ਕੋਈ ਗੰਦੀ ਸੋਚ ਹੋਂਦ ਤੁਸੀਂ ਦੇਖੋ ਪਹਿਲਾਂ ਤੁਸੀਂ ਸੋਚ ਨੂੰ ਤੁਸੀਂ ਗੰਦਾ ਬਣਾਤਾ ਦੂਜਾ ਤੁਸੀਂ ਉਹਦੇ ਨਾਲ ਲੜ ਰਹੇ ਹੋ ਇਹਦਾ ਮਤਲਬ ਹੋਏਗਾ ਕੀ ਕਿ ਜਿਹੜੀ ਸੋਚ ਦੇ ਨਾਲ ਤੁਸੀਂ ਲੜ ਰਹੇ ਹੋ ਨਾ ਉਹ ਅੱਗੇ ਨਾਲੋਂ ਸਟਰੋਂਗ ਹੋ ਹੀ ਜਾਏਗੀ ਸੋਚ ਨਾਲ ਹੋਏਗਾ ਕਿ ਤੁਹਾਡੀ ਬਿਮਾਰੀ ਟਾਈਮ ਦੇ ਨਾਲ ਵੱਧਦੀ ਜਾਏਗੀ ਹੁਣ ਇਹਦਾ ਇੱਕੋ ਹੀ ਤਰੀਕਾ ਹੈਗਾ ਕਿ ਆਪਾਂ ਜਿਹਨੂੰ ਅਕਸੈਪਟ ਕਰ ਲਈਏ ਕਿ ਇਹ ਬਿਮਾਰੀ ਹੈ ਬਿਮਾਰੀਆਂ ਦੇ ਇਲਾਜ ਹੁੰਦੇ ਆ ਬਿਮਾਰੀਆਂ ਦੇ ਨਾਲ ਲੜਿਆ ਨਹੀਂ ਜਾਂਦਾ ਲੜਨਾ ਹੈ ਨਾ ਜੇ ਤੁਸੀਂ ਮਤਲਬ ਤੇ ਇਲਾਜ ਦੇ ਨਾਲ ਕਰੋ ਇਲਾਜ ਨੂੰ ਨਾਲ ਲੈ ਕੇ ਚੱਲੋ ਫਿਰ ਬਿਮਾਰੀ ਹਾਰ ਜੇਗੀ ਪਰ ਜੇ ਤੁਸੀਂ ਆਪ ਹੀ ਲੱਗੇ ਰਹੋਗੇ ਤੇ ਸਾਡਾ ਮੱਥਾ ਪਟੜ ਹੋ ਜਾਏਗਾ ਅਸੀਂ ਕੰਨਾਂ 'ਚ ਸੇਰ ਮਾਰੀ ਜਾਵਾਂਗੇ ਰਸਤਾ ਕਦੀ ਵੀ ਨਹੀਂ ਮਿਲੇਗਾ ਹੁਣ ਜਦੋਂ ਅਸੀਂ ਪ੍ਰਾਇੋਰਟੀ ਨੰਬਰ 1 ਨੂੰ ਪ੍ਰਾਇੋਰਟੀ ਨੰਬਰ 2 ਬਣਾਣਾ ਹੈ ਤੇ ਇੱਕੋ ਹੀ ਤਰੀਕਾ ਹੈਗਾ ਪ੍ਰਾਇੋਰਟੀ ਨੰਬਰ 2 ਨੂੰ 1 ਬਣਾ ਦਈਏ ਇਹਨੂੰ ਇੰਪੋਰਟੈਂਸ ਦੇ ਦਈਏ ਜਦੋਂ ਇਹ ਅਸੀਂ ਕਰ ਲਿਆ ਕਿ ਇਲਾਜ ਨੰਬਰ 1 ਹੈ ਤੇ ਤੁਸੀਂ ਦੇਖਿਓ ਕਿ ਜਿਹੜੀ ਚੀਜ਼ ਨਾਲ ਆਪਾਂ ਇੰਨੀ ਦੇਰ ਤੋਂ 10 15 ਸਾਲ ਤੋਂ ਲੜ ਰਹੇ ਸੀ ਨਾ ਉਹ ਆਪਣੇ ਆਪ ਹੀ ਆਪਣੇ ਆਪ ਇੱਕ ਦਿਨ ਖਤਮ ਹੋ ਜਾਏਗੀ ਪਰ ਤੁਹਾਨੂੰ ਇੱਕ ਚੀਜ਼ ਯਾਦ ਰੱਖਣੀ ਪਏਗੀ ਇਲਾਜ ਇਸ ਦਾ ਓਨਲੀ ਪ੍ਰੋਸੈਸ ਜਦੋਂ ਤੁਸੀਂ ਇਲਾਜ ਚਾਹੋਗੇ ਨਾ ਤੇ ਤੁਸੀਂ ਤੁਹਾਨੂੰ ਅਸੀਂ ਸਿਖਾਵਾਂਗੇ ਕੀ ਤੁਹਾਨੂੰ ਅਸੀਂ ਸਿਖਾਵਾਂਗੇ ਕਿ ਆਹ ਜਿਹੜੀ ਸੋਚ ਤੁਹਾਨੂੰ ਆਂਦੀ ਹੈ ਨਾ ਇਹ ਨਾਲ ਲੜਨਾ ਨਹੀਂ ਹੈ ਬਲਕਿ ਇਹਨੂੰ ਲਾਰਾ ਲਾਣਾ ਹੈ ਇਹਨੂੰ ਲਾਰਾ ਲਾਣਾ ਹੈ ਇਹਨੂੰ ਪੋਸਟਪੋਨ ਕਰਨਾ ਉਹਨੂੰ ਇਹ ਕਹਿਣਾ ਹੈ ਕਿ ਵੀ ਹਾਲੇ ਮੈਂ ਤੇਰੀ ਗੱਲ ਸੁਣਾਗਾ ਪਰ ਕੱਲ ਸਵੇਰੇ 9 ਵਜੇ ਸੁਣਾਗਾ ਅੱਜ ਮੈਨੂੰ ਰੋਟੀ ਖਾ ਲੈਂਦੇ ਘਰ ਦੇ ਆਂਦੇ ਨਾਲ ਬੈਠ ਕੇ ਅੱਜ ਮੈਨੂੰ ਬੱਚਿਆਂ ਨਾਲ ਬੈ ਲੈਂਦੇ ਕੱਲ ਸਵੇਰੇ ਤੇਰੀ ਗੱਲ ਸੁਣਾਂਗਾ ਠੀਕ ਹੈ ਤੇਰੀ ਗੱਲ ਸੁਣਾਂਗਾ ਘੰਟੇ ਬਾਅਦ ਸੁਣਾਂਗਾ ਬਹੁਤ ਜ਼ਿਆਦਾ ਹੈ ਚਲੋ ਬਹੁਤ ਸੋਚ ਤੰਗ ਕਰਦੀ ਹੈ 15-20 ਮਿੰਟ ਬਾਅਦ ਸੁਣ ਲਾਂਗਾ ਪਰ ਮੈਨੂੰ ਇਸ ਵੇਲੇ ਜਿਹੜਾ ਕੰਮ ਹੈ ਉਹ ਕਰ ਲੈਂਦੇ ਇਹ ਕੰਮ ਕਰਕੇ ਫਿਰ ਮੈਂ ਆਇਆ ਤੇਰੇ ਵੱਲ ਫਿਰ ਮੈਂ ਤੈਨੂੰ ਧਿਆਨ ਦਿਆਂ ਹੁਣ ਦੇਖੋ ਨਾ ਅਸੀਂ ਉਹਨੂੰ ਲਾਰਾ ਲਾ ਦਿੱਤਾ ਜਦੋਂ ਅਸੀਂ ਉਹਨੂੰ ਪੋਸਟਪੋਨ ਕੀਤਾ ਨਾ ਉਦੇ ਨਾਲ ਕੀ ਹੋਏਗਾ ਕਿ ਕੈਮੀਕਲ ਰਿਐਕਸ਼ਨ ਚੇਂਜ ਹੋ ਜਾਣਗੇ ਕੈਮਿਸਟਰੀ ਚੇਂਜ ਹੋ ਜਾਏਗੀ ਫਿਜ਼ੀਓਲੋਜੀ ਚੇਂਜ ਹੋ ਜਾਏਗੀ ਜਦੋਂ ਕੈਮਿਸਟਰੀ ਚੇਂਜ ਹੋਗੀ ਨਾ ਤੇ ਉਹਦੀ ਇੰਟੈਂਸਿਟੀ ਘਟ ਜਾਏਗੀ ਉਹਦੀ ਤਾਕਤ ਘਟ ਜਾਏਗੀ ਹੁਣ ਜਦੋਂ ਤੁਸੀਂ ਜਾਓਗੇ ਦੁਬਾਰਾ ਰੀ ਵਿਜ਼ਿਟ ਕਰੋਗੇ ਨਾ ਉਸ ਚੀਜ਼ ਨੂੰ ਤੁਸੀਂ ਦੇਖੋਗੇ ਕਿ ਹੁਣ ਉਨੀ ਤਾਕਤਵਰ ਨਹੀਂ ਰਹੀ ਜਿੰਨੀ ਪਹਿਲਾਂ ਤਾਕਤਵਰ ਸੀ ਤੇ ਇਹਦੇ ਨਾਲ ਕੀ ਹੋਇਆ ਕਿ ਉਹਦੀ ਤਾਕਤ 100 ਤੋਂ ਘਟਾ ਕੇ 50 ਕਰਤੀ ਤੇ ਜਿਹੜਾ ਆਪਾਂ ਕੰਮ ਪਹਿਲਾਂ ਕਰਨ ਦੇ ਸੀਗੇ ਉਹਨਾਂ ਲੜਨ ਦਾ ਉਹਦੇ ਨਾਲ ਆਪਾਂ 100 ਦੀ ਤਾਕਤ ਵਧਾ ਕੇ ਉਹਦੀ 200 ਕਰਤੀ ਹੌਂ ਤੁਸੀਂ ਦੇਖੋ ਕਿ ਕਿਸੇ ਚੀਜ਼ ਨਾਲ ਲੜਨਾ ਜਾਂ ਕਿਸੇ ਇਸ ਤਰ੍ਹਾਂ ਦੀ ਸੋਚ ਜਿੱਤੋਂ ਤੁਸੀਂ ਗੈਟ ਰਿਡ ਆਫ ਹੋਣਾ ਚਾਹੁੰਦੇ ਹੋ ਉਹਨੂੰ ਜੇ ਆਪਾਂ ਲੜਾ ਲਾਨੇ ਆ ਤੇ ਉਹਦੀ ਜੀ ਇੰਟੈਂਸਿਟੀ ਘਟਦੀ ਜਾਂਦੀ ਹੈ ਹੁਣ ਜਿਨੇ ਸਾਡੇ ਆਬਸੈਸ਼ਨ ਦੇ ਪੇਸ਼ੈਂਟ ਆ OCD ਦੇ ਪੇਸ਼ੈਂਟ ਆ ਮੈਂ ਉਹਨਾਂ ਨੂੰ ਇਹੀ ਗੱਲ ਸੁਣਾਣਾ ਕਿ ਤੁਸੀਂ ਇਹਨਾਂ ਨਾਲ ਲੜੋ ਨਾ ਸੋਚਾਂ ਨਾਲ ਇਹਨਾਂ ਨੂੰ ਗੰਦਾ ਵੀ ਨਾ ਕਹੋ ਇਹਨਾਂ ਨੂੰ ਲੇਬਲ ਨਾ ਕਰੋ ਇਹਨਾਂ ਨੂੰ ਇਹ ਨਾ ਕਹੋ ਵੀ ਇਹ ਸੋਚਾਂ ਮਾੜੀਆਂ ਐ ਜਦੋਂ ਕਿਉਂਕਿ ਇਹੋ ਜੇ ਲੇਬਲ ਲਾਵਾਂਗੇ ਨਾ ਫਿਰ ਸਾਡਾ ਦਿਮਾਗ ਉਸ ਪਾਸੇ ਲੜਨ ਵਾਲੇ ਪਾਸੇ ਚਲ ਜਾਏਗਾ ਹੁਣ ਇਹਨਾਂ ਨੂੰ ਇਹ ਹੀ ਕਹਿਣਾ ਕਿ ਤੁਸੀਂ ਠਹਿਰੋ ਅਸੀਂ ਇੱਕ ਜ਼ਰੂਰੀ ਕੰਮ ਕਰਕੇ ਆਏ ਕੋਈ ਕੰਮ ਚਾਹ ਬਣਾਣੀ ਸ਼ੁਰੂ ਕਰਤੀ ਭਾਂਡੇ ਸਾਫ਼ ਕਰਨੇ ਸ਼ੁਰੂ ਕਰਤੇ ਆਪਣੇ ਕੱਪੜੇ ਚੁੱਕ ਕੇ ਰੱਖਦੇ ਸੁਕਣੇ ਕਰਤੇ ਆਪਣੀ ਕੋਈ ਵੀ ਅਲਮਾਰੀ ਸੈੱਟ ਕਰ ਲਈ ਕਿਤਾਬ ਪੜ੍ਹ ਲਈ ਗਾਣਾ ਸੁਣ ਲਿਆ ਕੁਝ ਵੀ ਕਰ ਲਿਆ ਪਰ ਉਸ ਵੇਲੇ ਉਹਦੇ ਨਾਲ ਆਪਾਂ ਭਿੰਨਾ ਨਹੀਂ ਹੈ ਸਭ ਤੋਂ ਵੱਡੀ ਗਲਤੀ ਜਿਹੜੀ ਹੈ ਨਾ ਸਾਡੇ ਆਬਸੈਸ਼ਨਸ ਵਿੱਚ ਡਿਪਰੈਸ਼ਨ ਚ ਬਚੈਨੀ ਚ ਐਡਿਕਸ਼ਨ ਚ ਇਹੀ ਹੋ ਰਹੀ ਹੁੰਦੀ ਹੈ ਕਿ ਅਸੀਂ ਉਹਦੇ ਨਾਲ ਲੜਦੇ ਰਹਿੰਦੇ ਹਾਂ ਅਨ ਸਾਨੂੰ ਕਿੰਨੇ ਕਿੰਨੇ ਸਾਲ ਹੋ ਜਾਂਦੇ ਆ ਇਸ ਲੜਾਈ ਨੂੰ ਬੰਦ ਹੀ ਨਹੀਂ ਹੁੰਦੀ ਜਦੋਂ ਅਸੀਂ ਤੁਹਾਨੂੰ ਕਹਿੰਦੇ ਆ ਨਾ ਸਰੈਂਡਰ ਕਰੋ ਜਦੋਂ ਅਸੀਂ ਕਹਿੰਦੇ ਆ ਕਿ ਤੁਸੀਂ ਐਕਸੈਪਟ ਕਰੋ ਕਿ ਤੁਹਾਨੂੰ ਬਿਮਾਰੀ ਹੈ ਉਹਦਾ ਕਹਿਣ ਦਾ ਮਤਲਬ ਇਹ ਹੁੰਦਾ ਹੈ ਕਿ ਬਿਮਾਰੀ ਕਹਿਣ ਨਾਲ ਫਿਰ ਤੁਹਾਡਾ ਧਿਆਨ ਇਲਾਜ ਤੇ ਜਾਏਗਾ